ਸੁਰਨ ਸਿੰਘ ਟੈਣਾ ਜੀ, ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅੱਜ ਦੀਆਂ ਸੁਰਖੀਆਂ ਕੀ ਨੇ ਜੀ? ਸਿੰਘ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪਹਿਲਾਂ ਤਾਂ ਤੇ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਹੈ ਕਿ ਆਮ ਆਦਮੀ ਪਾਰਟੀ ਤੇ ਭਾਜਪਾ ਨੇ ਜਲੰਧਰ ਚੋਣ ਵਾਸਤੇ ਉਮੀਦਵਾਰ ਐਲਾਨੇ। ਸਮ੍ਰਿਤੀ ਇਰਾਨੀ ਨੂੰ ਹਰਾਉਣ ਵਾਲੇ ਕਿਸ਼ੋਰੀ ਲਾਲ ਯਾਦਵ ਲੁਧਿਆਣਾ ਪਹੁੰਚੇ। ਪੰਜਾਬ ਦੇ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਤੇ SSPs ਦੇ ਨਾਲ ਕੀਤੀ ਮੁਲਾਕਾਤ, ਹਦਾਇਤਾਂ ਜਾਰੀ। ਦਾਰਜੀਲਿੰਗ ਦੇ ਵਿੱਚ ਵਾਪਰਿਆ ਰੇਲ ਹਾਦਸਾ, ਕਈ ਲੋਕਾਂ ਦੀ ਮੌਤ, ਕਈ ਜ਼ਖਮੀ। ਲਾਡੋਵਾਲ ਟੋਲ ਪਲਾਜ਼ਾ ਦੇ ਉੱਤੇ ਕਿਸਾਨਾਂ ਦਾ ਧਰਨਾ ਜਾਰੀ। ਰਵਨੀਤ ਸਿੰਘ ਬਿੱਟੂ ਮਿਲਣਗੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ। ਭਾਜਪਾ ਨੇ ਕਿਹਾ ਭਗਵੰਤ ਮਾਨ ਅਸਤੀਫਾ ਦੇਵੇ। ਅਕਾਲੀ ਦਲ ਨੇ ਬਣਾਈ ਨਵੀਂ ਅਨੁਸ਼ਾਸਨੀ ਕਮੇਟੀ। ਥਾਣਾ ਹੈਬੋਵਾਲ ਦੇ ਵਿੱਚ ਕੁੜੀ ਰੀਲ ਬਣਾ ਕੇ ਚਲੀ ਗਈ, ਪੜਤਾਲ ਹੋਈ ਸ਼ੁਰੂ। ਰਾਹੁਲ ਗਾਂਧੀ ਵਾਇਨਾਡ ਤੋਂ ਅਸਤੀਫਾ ਦੇਣਗੇ, ਰਾਏਬਰੇਲੀ ਤੋਂ ਰਹਿਣਗੇ ਸੰਸਦ ਮੈਂਬਰ। ਤੇ ਆਖਰੀ ਖਬਰ, 4,000 ਪੁਲਿਸ ਮੁਲਾਜ਼ਮਾਂ ਦਾ ਅੱਜ ਕੀਤਾ ਗਿਆ ਤਬਾਦਲਾ। ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ। ਟੈਣਾ ਜੀ, ਜਲੰਧਰ ਦੇ ਐਲਾਨ ਕੀ ਕੀ ਹੋਏ ਨੇ, ਜਿੱਥੇ ਜਿਹੜਾ ਚੋਣ ਯੁੱਧ ਹੋਣ ਵਾਲਾ, ਕੌਣ ਕੌਣ ਉਮੀਦਵਾਰ ਨੇ? ਸਾਹਿਬ ਦੇਖੋ, ਇਸ ਨਾ ਚੋਣ ਦੇ ਲਈ ਜਿਹੜੀ ਜਲੰਧਰ ਦੀ ਜ਼ਿਮਨੀ ਚੋਣ ਹੈ, ਜਲੰਧਰ ਪੱਛਮੀ ਦੀ, ਜਲੰਧਰ ਵੈਸਟ ਦੇ ਕਹਿਣ ਦਾ ਭਾਵ, ਉਹਦੇ ਲਈ ਚੋਣ ਇਸ ਕਰਕੇ ਹੋਣੀ ਵੀ ਸ਼ੀਤਲ ਅੰਗਰਾਲ ਨੇ ਆਪਣੇ ਅਹੁਦੇ ਤੋਂ ਵਿਧਾਇਕੀ ਤੋਂ ਅਸਤੀਫਾ ਦਿੱਤਾ ਸੀਗਾ ਲੋਕ ਸਭਾ ਦੀਆਂ ਚੋਣਾਂ ਦੇ ਮੌਕੇ। ਸ਼ੀਤਲ ਅੰਗਰਾਲ ਨੇ ਤੇ ਸੁਸ਼ੀਲ ਕੁਮਾਰ ਰਿੰਕੂ ਨੇ। ਸੋ ਇਸ ਕਰਕੇ ਸੀਟ ਖਾਲੀ ਹੋ ਗਈ, ਇੱਥੇ ਚੋਣਾਂ ਹੋਣੀਆਂ। 10 ਜੁਲਾਈ ਨੂੰ ਵੋਟਾਂ ਪੈਣੀਆਂ, 13 ਨੂੰ ਨਤੀਜੇ ਆਉਣੇ ਆ, ਤੇ 21 ਤਰੀਕ ਤੱਕ, ਯਾਨੀ ਕਿ 21 ਜੂਨ ਤੱਕ ਨਾਮਜ਼ਦਗੀਆਂ ਦਾਖਲ ਹੋਣੀਆਂ। 25 ਨੂੰ ਕਾਗਜ਼ਾਂ ਦੀ ਪੜਤਾਲ ਹੋ ਜਾਣੀ ਤੇ ਵਾਪਸ ਲੈ ਸਕਦੇ ਆ। ਪਰ ਅੱਜ 2 ਉਮੀਦਵਾਰ ਐਲਾਨੇ ਗਏ ਆ, ਆਮ ਆਦਮੀ ਪਾਰਟੀ ਨੇ ਤੇ BJP ਨੇ ਆਪੋ ਆਪਣਾ ਉਮੀਦਵਾਰ ਐਲਾਨਿਆ। ਤੇ ਕਮਾਲ ਦੀ ਗੱਲ ਇਹ ਹੈ ਕਿ ਦੋਨੋਂ ਹੀ ਗੱਲ ਬਦਲੂਆ। ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਨੂੰ ਉਮੀਦਵਾਰ ਐਲਾਨਿਆ। ਇਹ ਪਹਿਲਾਂ BJP ਦੇ ਵਿੱਚ ਹੁੰਦੇ ਸੀ, 2-2.5 ਸਾਲ ਪਹਿਲਾਂ ਇਹ ਆਮ ਆਦਮੀ ਪਾਰਟੀ 'ਚ ਆ ਗਏ। ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਉਮੀਦਵਾਰ ਬਣਾਤਾ। ਆਮ ਆਦਮੀ ਪਾਰਟੀ ਛੱਡ ਕੇ BJP ਦੇ ਵਿੱਚ ਗਏ ਸ਼ੀਤਲ ਅੰਗਰਾਲ, BJP ਨੇ ਉਹਨਾਂ ਨੂੰ ਬਣਾਤਾ। ਯਾਨੀ ਕਿ 2 ਐਲਾਨੇ ਆ, ਦੋਨੋਂ ਹੀ ਇਸ ਵੇਲੇ ਦਲ ਬਦਲੂ ਆ ਜਾਂ ਤਿਤਲੀਆਂ ਕਹਿ ਲਈਏ, ਤੇ ਬਾਕੀਆਂ ਦਾ ਪਤਾ ਕੋਈ ਨੀ, ਰੱਬ ਜਾਣਦਾ ਵੀ ਭਾਈ ਹੋਰ ਕਿਹੜਾ ਕਿਹੜਾ ਪਾਰਟੀ ਦਾ ਉਮੀਦਵਾਰ ਹੋਊਗਾ। ਪਰ ਜਲੰਧਰ ਵਾਲੀ ਜਿਹੜੀ ਇਹ ਸੀਟ ਆ, ਇਹਨੂੰ ਸਾਰੀਆਂ ਹੀ ਪਾਰਟੀਆਂ ਆਪਦੀ ਮੁੱਛ ਦਾ ਸਵਾਲ ਬਣਾ ਕੇ ਬਹਿ ਗਈਆਂ। ਆਮ ਆਦਮੀ ਪਾਰਟੀ ਦੇ ਵੱਲੋਂ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਭਾਈ ਇਹ ਸੀਟ ਸਾਡੀ ਝੋਲੀ ਦੇ ਵਿੱਚ ਹੀ ਪੈ ਜਾਏਗੀ। ਤੇ ਆਹ ਜਿਹੜੀਆਂ ਹਦਾਇਤਾਂ ਦਾ ਰੌ ਕੀ ਹੈ, ਇਹ SSP ਨੂੰ, DC ਨੂੰ, ਇਹ ਹਦਾਇਤਾਂ ਕਾਹਦੀਆਂ ਆ ਰਹੀਆਂ? ਬੜੀ ਪਿਛਲੇ ਨਾ ਕੁਝ ਕੁ ਸਮੇਂ ਤੋਂ ਲਗਾਤਾਰ ਮੀਡੀਆ 'ਚ ਖਬਰਾਂ ਆਉਂਦੀਆਂ ਕਿ ਪੰਜਾਬ ਦੇ ਵਿੱਚ ਨਸ਼ੇ ਬਹੁਤ ਵੱਧ ਗਏ ਆ। ਅੱਜ ਅਖਬਾਰਾਂ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਸੁਰਖੀਆਂ ਕਿ 2 ਹਫ਼ਤਿਆਂ ਦੇ ਵਿੱਚ ਤੇ 1.5 ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਨਸ਼ੇ ਦੇ ਕਰਕੇ। ਸੋ ਵੱਖ ਵੱਖ ਥਾਵਾਂ 'ਤੇ ਖਬਰਾਂ ਆਉਂਦੀਆਂ ਵੀ ਭ੍ਰਿਸ਼ਟਾਚਾਰ ਬਹੁਤ ਆ। ਇਸ ਕਰਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੇ SSPs ਦੇ ਨਾਲ ਮੀਟਿੰਗ ਕੀਤੀ ਗਈ ਆ। ਇਸ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਤੁਹਾਡੇ ਖੇਤਰ ਦੇ ਵਿੱਚ ਜੇਕਰ ਕੋਈ ਵੀ ਅਧਿਕਾਰੀ ਕਰਮਚਾਰੀ ਛੋਟੀ ਜਾਂ ਵੱਡੀ ਰਿਸ਼ਵਤ ਲੈਂਦਾ ਫੜਿਆ ਗਿਆ ਤਾਂ DC ਤੇ SSP ਉਹਦੇ ਲਈ ਜ਼ਿੰਮੇਵਾਰ ਹੋਣਗੇ, ਉਹਨਾਂ ਨੇ ਇਹ ਗੱਲ ਕਹੀ ਆ। ਸੋ ਵੇਖਦੇ ਭਾਈ ਕਿੰਨੇ ਕੁ ਲੋਕ ਕਾਬੂ ਆਉਂਦੇ, ਕਿੰਨੇ ਕੁ ਲੋਕ ਭ੍ਰਿਸ਼ਟਾਚਾਰ ਤੋਂ ਬਾਅਦ ਆਉਂਦੇ ਆ, ਕਿੰਨੇ ਕੁ ਲੋਕ ਨਸ਼ੇਖੋਰੀ ਤੋਂ ਜਾਂ ਨਸ਼ਾ ਵੇਚਣ ਤੋਂ ਬਾਅਦ ਆਉਂਦੇ ਆ। ਪਰ ਪੰਜਾਬ ਦੇ ਮੁੱਖ ਮੰਤਰੀ ਨੇ ਸਖ਼ਤ ਸ਼ਬਦਾਂ ਦੇ ਵਿੱਚ ਅੱਜ ਹਦਾਇਤਾਂ ਜਾਰੀ ਕੀਤੀਆਂ ਜੀ। ਅੱਛਾ, ਸਿਮਰਤੀ ਇਰਾਨੀ ਨੂੰ ਹਰਾਉਣ ਵਾਲਾ ਜਿਹੜਾ UP ਵਾਲਾ MLA ਸੀ ਕਿਸ਼ੋਰੀ ਲਾਲ ਯਾਦਵ, ਲੁਧਿਆਣੇ ਆ ਕੇ ਹੀਰੋ ਬਣ ਗਿਆ ਫਿਰ? ਦੇਖੋ ਜੀ, ਉਹਦਾ ਪਿਛੋਕੜ ਆ ਜਿਹੜਾ ਉਹ ਲੁਧਿਆਣੇ ਨਾਲ ਸੰਬੰਧਿਤ ਆ। ਉਹਦੇ ਜਿਹੜੇ ਵੱਡੇ ਵਡੇਰੇ ਆ ਜਾਂ ਜਿਹੜਾ ਉਹਦਾ ਪੁਰਾਣਾ ਘਰ ਆ ਉਹ ਲੁਧਿਆਣੇ ਦੇ ਵਿੱਚ ਹੀ ਆ। ਤੇ ਲੰਮੇ ਸਮੇਂ ਤੋਂ, ਕਈ ਦਹਾਕਿਆਂ ਤੋਂ ਕਿਸ਼ੋਰੀ ਲਾਲ ਯਾਦਵ, ਜਿਹਨਾਂ ਨੇ ਕਿ ਅਮੇਠੀ ਤੋਂ ਸਿਮਰਤੀ ਇਰਾਨੀ ਨੂੰ ਹਰਾ ਕੇ ਤੇ ਬਿਲਕੁਲ ਹੂੰਝ ਕੇ ਪਰੇ ਕਰਤਾ, ਨਾ ਮੰਤਰੀ ਰਹੀ
ਤੋਂ ਉਹਨੂੰ ਪਰੇ ਕਰਨ ਵਾਲੇ ਕਿਸ਼ੋਰੀ ਲਾਲ ਯਾਦਵ ਦੇ ਵੱਲੋਂ ਅੱਜ ਆਪਣੇ ਜੱਦੀ ਪੁਰਾਣੇ ਨਗਰ ਖੇੜੇ ਦੇ ਵਿੱਚ ਆਇਆ ਗਿਆ, ਆਪਦੇ ਘਰ ਦੇ ਵਿੱਚ ਆਇਆ ਗਿਆ। ਇੱਥੇ ਇਹਨਾਂ ਦਾ ਭਾਰਤ ਭੂਸ਼ਣ ਆਸ਼ੂ ਜਿਹੜੇ ਕਿ ਸਾਬਕਾ ਮੰਤਰੀ ਆ ਤੇ ਜਿਹੜੇ ਉੱਥੋਂ ਦੇ ਜ਼ਿਲ੍ਹੇ ਦੇ ਪ੍ਰਧਾਨ ਹੈਗੇ ਜੀ ਕਾਂਗਰਸ ਦੇ ਸੰਜੇ ਤਲਵਾੜ, ਇਹਨਾਂ ਨੇ ਸਵਾਗਤ ਕੀਤਾ। ਤੇ ਅੱਜ ਕਿਸ਼ੋਰੀ ਲਾਲ ਯਾਦਵ ਨੇ ਗੱਲ ਕਹੀ ਆ ਕਿ ਅਮੇਠੀ ਦੇ ਵਿੱਚ ਹੰਕਾਰ ਹਾਰਿਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਬੀਜੇਪੀ ਆ ਜਿਹੜੀ ਉਹ ਰਾਮ ਜੀ ਦੇ ਨਾਂ ਦੀ ਦੁਰਵਰਤੋਂ ਕਰਦੀ ਸੀ ਤੇ ਲੋਕਾਂ ਨੇ ਸਬਕ ਸਿਖਾਇਆ। ਰਾਮ ਜੀ ਨੂੰ ਅਸੀਂ ਵੀ ਮੰਨਦੇ ਹਾਂ, ਰਾਮ ਜੀ ਦੀ ਦੇ ਪ੍ਰਤੀ ਆਸਥਾ ਸਾਡੇ ਸਭ ਦੇ ਮਨ ਦੇ ਵਿੱਚ ਬਹੁਤ ਆ, ਪਰ ਉਹਨਾਂ ਨੇ ਅੱਤ ਚੁੱਕੀ ਸੀ, ਰਾਮ ਜੀ ਦੇ ਨਾਂ ਦੀ ਦੁਰਵਰਤੋਂ ਕਰਨੀ ਸੀ, ਇਸ ਕਰਕੇ ਉਹਨਾਂ ਨੂੰ ਸਜ਼ਾ ਦਿੱਤੀ ਆ ਭਗਵਾਨ ਰਾਮ ਨੇ। ਲੁਧਿਆਣੇ ਤੇ ਫਲੌਰ ਦੇ ਵਿਚਕਾਰ ਕਹਿੰਦੇ ਸਭ ਤੋਂ ਮਹਿੰਗਾ ਲਾਡੋਵਾਲ ਵਾਲਾ ਇਹ ਟੋਲ ਜਿਹੜਾ ਪਲਾਜ਼ਾ ਸੀ, ਹੁਣ ਕੀ ਸਿਚੁਏਸ਼ਨ ਆ ਉੱਥੇ? ਦੇਖੋ ਸਿੰਘ ਸਾਹਿਬ, ਗੱਲ ਇਹ ਜੀ ਕਿ ਪੰਜਾਬ ਦੇ ਵਿੱਚ 42 ਟੋਲ ਪਲਾਜ਼ੇ ਆ, ਉਹਨਾਂ ਦੇ ਵਿੱਚੋਂ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਇਹ ਲਾਡੋਵਾਲ ਵਾਲਾ, ਜਿਹਨੂੰ ਅਸੀਂ ਲਾਡੋਵਾਲ ਵਾਲਾ ਵੀ ਕਹਿ ਦਿੰਦੇ ਹਾਂ, ਫਲੌਰ ਤੇ ਲੁਧਿਆਣੇ ਦੇ ਰਾਹ ਦੇ ਵਿੱਚ ਅੱਧ ਦੇ ਵਿੱਚ ਜਿਹੜਾ ਬਣਿਆ। ਮੈਂ ਕਦੇ ਕਦੇ ਸੋਚਦਾ ਹੁੰਦਾ ਵੀ ਇਹ ਟੋਲ ਪਲਾਜ਼ਾ ਨਾ ਇਉਂ ਆ ਜਿਵੇਂ ਅਹਿਮਦ ਸ਼ਾਹ ਅਬਦਾਲੀ ਦੇ ਪਰਿਵਾਰ ਨੇ ਬਣਾਇਆ ਹੋਵੇ, ਕਿਉਂਕਿ ਉਹ ਵੀ ਸਾਰਾ ਕੁਝ ਲੁੱਟ ਕੇ ਲੈ ਜਾਂਦਾ ਸੀ ਤੇ ਇੱਥੇ ਵੀ ਪੰਜਾਬ ਦੇ ਲੋਕਾਂ ਦੇ ਖੀਸੇ ਪਾੜੇ ਜਾਂਦੇ ਇਸ ਟੋਲ ਪਲਾਜ਼ਾ ਤੇ। ਜੇ ਤੁਹਾਡੀ ਗੱਡੀ ਦੇ ਉੱਤੇ ਫਾਸਟੈਗ ਵਾਲਾ ਸਟਿੱਕਰ ਨਹੀਂ ਲੱਗਾ ਤਾਂ 425 ਰੁਪਏ ਤੋਂ ਵੱਧ ਤੁਹਾਨੂੰ ਅਦਾ ਕਰਨਾ ਪੈਂਦਾ, ਜੇ ਆਪਦੀ ਕਾਰ ਛੋਟੀ ਹੋਵੇ ਵੱਡੀ ਹੋਵੇ। ਜੇ ਫਾਸਟੈਗ ਲੱਗਾ ਤੇ ਫਿਰ ਤੁਹਾਨੂੰ 325 ਤੋਂ ਲੈ ਕੇ 350 ਰੁਪਇਆ ਆਉਣ ਜਾਣ ਦਾ ਪੈਂਦਾ। ਮੇਰੇ ਕਈ ਦੋਸਤ ਸਿੰਘ ਸਾਹਿਬ ਐਸੇ ਜਿਹੜੇ ਫਲੌਰ ਦੇ ਆ, ਉਹ ਕਹਿੰਦੇ ਫਲੌਰ ਤੋਂ ਲੁਧਿਆਣਾ ਨਾਲ ਹੀ ਤਾਂ ਇਹ 10 ਮਿੰਟ ਦਾ ਰਸਤਾ, ਉਹ ਕਹਿੰਦੇ ਜੇਕਰ ਅਸੀਂ ਫਲੌਰ ਤੋਂ ਲੁਧਿਆਣੇ ਜਾਣਾ ਹੋਵੇ ਤੇਲ ਲੱਗਦਾ ਗੱਡੀ ਤੇ 200 ਰੁਪਏ ਦਾ, ਟੋਲ ਲੱਗਦਾ 400 ਰੁਪਏ ਦਾ, ਵੀ ਅਸੀਂ ਜਾਗੇ ਤਾਂ ਜਾਗੇ ਕਿੱਧਰ। ਸੋ ਇਹਨਾਂ ਨੇ ਇੱਕ ਸਾਲ ਦੇ ਵਿੱਚ ਲੁਧਿਆਣੇ ਵਾਲੇ ਟੋਲ ਪਲਾਜ਼ੇ ਵਾਲਿਆਂ ਨੇ ਤੀਜੀ ਵਾਰ ਭਾਅ ਦੇ ਵਿੱਚ ਵਾਧਾ ਕਰਤਾ, ਕਦੇ 10 ਰੁਪਏ ਵਧਾ ਦਿੰਦੇ ਆ, ਕਦੇ 5 ਰੁਪਏ ਵਧਾ ਦਿੰਦੇ ਆ, ਤੇ ਕਿਸਾਨ ਇੱਥੇ ਫਿਰ ਕੱਲ ਆ ਕੇ ਬੈਠ ਗਏ। ਹਾਲਾਂਕਿ ਕਿਸਾਨ ਤਾਂ ਫ੍ਰੀ ਆ, ਟੋਲ ਦੇ ਵਿੱਚ ਨਹੀਂ ਆਉਂਦੇ, ਪਰ ਮੈਂ ਧੰਨਵਾਦੀ ਹਾਂ ਕਿਸਾਨਾਂ ਦਾ ਜਿਨ੍ਹਾਂ ਨੇ ਦੂਜਿਆਂ ਦੀ ਪੀੜ ਨੂੰ ਜਾਣਿਆ। ਬਾਕੀ ਤਾਂ ਜਿਹੜੇ ਸ਼ਾਹੂਕਾਰ ਲੋਕ ਆ, ਜਿਹੜੇ ਕਾਰਾਂ ਵਾਲੇ ਲੋਕ, ਉਹਨਾਂ ਦੇ ਕੋਲ ਤਾਂ ਸਮਾਂ ਹੀ ਨਹੀਂ ਗਾ ਇੱਥੇ ਬਹਿਣ ਦਾ ਵੀ ਭਾਈ ਧੱਕਾ ਹੋ ਰਿਹਾ, ਧੱਕੇ ਤੋਂ ਮੁਕਤੀ ਦਿਓ ਸਾਨੂੰ। ਪਰ ਕਿਸਾਨ ਇੱਥੇ ਆ ਕੇ ਬੈਠ ਗਏ ਆ, ਉਹਨਾਂ ਨੇ ਕਿਹਾ ਵੀ ਜਿੰਨੀ ਦੇਰ ਤੱਕ ਇਸ ਟੋਲ ਪਲਾਜ਼ੇ ਦੇ ਭਾਅ ਘਟਾਏ ਨਹੀਂ ਜਾਂਦੇ ਉਨੀ ਦੇਰ ਤੱਕ ਅਸੀਂ ਇੱਥੇ ਬੈਠਾਂਗੇ। 1 ਕਰੋੜ ਰੁਪਏ ਤੋਂ ਵੱਧ ਇੱਥੇ ਵਸੂਲ ਕੀਤੇ ਜਾਂਦੇ ਆ 24 ਘੰਟਿਆਂ ਦੇ ਵਿੱਚ, ਤੇ ਉਹ ਪਿਛਲੇ 2 ਦਿਨ ਤੋਂ ਲੰਘ ਰਹੇ ਆ, ਤੇ ਕਿਸਾਨ ਇਸ ਵੇਲੇ ਵੀ ਉੱਥੇ ਬੈਠੇ ਜਿਹੜੇ ਵੇਲੇ ਆਪਾਂ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਹਾਂ। ਰਾਣਾ ਜੀ, ਭਾਜਪਾ ਵਾਲਿਆਂ ਨੇ ਬਿੱਟੂ ਦੀ ਕਾਇਆ ਕਲਪ ਕਰਤੀ, ਹੁਣ ਉਹ ਕਹਿੰਦੇ ਵੀ ਪਹਿਲਾਂ ਤਾਂ ਕਹਿੰਦੇ ਵੀ ਅਸੀਂ ਬੰਦੀ ਸਿੰਘਾਂ ਨੂੰ ਵੀ ਛੱਡਣ ਦੇ ਹੱਕ 'ਚ ਹਾਂ, ਹੁਣ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਪਰਿਵਾਰ ਨੂੰ ਵੀ ਮਿਲਣਗੇ? ਦੇਖੋ ਜੀ, ਗੱਲ ਇਹ ਆ ਸਿੰਘ ਸਾਹਿਬ, ਮੈਨੂੰ ਨਿੱਜੀ ਤੌਰ 'ਤੇ ਲੱਗਦਾ ਵੀ ਰਵਨੀਤ ਬਿੱਟੂ ਹੋਰਾਂ ਨੇ ਇਸ ਗੱਲ ਦਾ ਭੇਤ ਪਾ ਲਿਆ ਵੀ ਜੋ ਕੁਝ ਪੰਜਾਬ ਦੇ ਲੋਕ ਪਸੰਦ ਕਰਦੇ ਆ ਜਾਂ ਜੋ ਕੁਝ ਕਹਿਣਾ ਚਾਹੁੰਦੇ ਆ, ਆਪਾਂ ਵੀ ਉਸ ਗੱਲ ਦੇ ਵਿੱਚ ਸਹਿਮਤੀ ਪ੍ਰਗਟਾ ਦਈਏ। ਜੇਕਰ ਭਵਿੱਖ ਦੇ ਵਿੱਚ ਸੀਐਮ ਵਾਲੀ ਕੁਰਸੀ ਨੂੰ ਹੱਥ ਪਾਉਣ ਦੀ ਇੱਛਾ ਰੱਖਣੀ ਹੈ ਤਾਂ, ਜੇ ਮੰਨ ਲਓ ਉਹ ਕਹਿਣਗੇ ਕਿ ਬੰਦੀ ਸਿੰਘ ਨਹੀਂ ਰਿਹਾ ਹੁੰਦੇ, ਅੰਮ੍ਰਿਤਪਾਲ ਸਿੰਘ ਦੇ ਬਾਰੇ ਕੁਝ ਨਹੀਂ ਹੁੰਦਾ, ਉਹ ਤਾਂ ਬਹੁਤ ਗਲਤ ਬੰਦਾ, ਤੇ ਫਿਰ ਲੋਕਾਂ ਨੇ ਨਾਲ ਨਾਲ ਨਫ਼ਰਤ ਵੀ ਪਾਉਣੀ ਤੇ ਕੀ ਫਿਰਨੀ। ਰਵਨੀਤ ਬਿੱਟੂ ਜਿਹੜੇ ਪਹਿਲਾਂ ਬਿਆਨ ਦਿੰਦਾ ਸੀ, ਪਹਿਲਾਂ ਬੰਦੀ ਸਿੰਘਾਂ ਦੇ ਵੀ ਖਿਲਾਫ਼ ਸੀ ਵੀ ਕਦੇ ਨਹੀਂ ਬਾਹਰ ਆਉਣੇ ਚਾਹੀਦੇ, ਇਹਨਾਂ ਨੇ ਤਾਂ ਬਹੁਤ ਵੱਡੇ ਵੱਡੇ ਜੁਰਮ ਕੀਤੇ ਆ। ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਬਹੁਤ ਸੀ ਰਵਨੀਤ ਬਿੱਟੂ, ਮੈਂ ਬੜੇ ਵਾਰ ਉਹਨਾਂ ਨੇ ਬਿਆਨ ਸੁਣਿਆ ਵੀ ਭਾਈ ਉਹਨੇ ਤਾਂ ਇਸ ਵੇਲੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕੀਤਾ, ਪਰ ਅੱਜ ਉਹਨਾਂ ਨੇ ਇਹ ਗੱਲ ਕਹੀ ਆ ਕਿ ਅੰਮ੍ਰਿਤਪਾਲ ਦੇ ਪਰਿਵਾਰਕ ਮੈਂਬਰਾਂ ਨੂੰ ਮੈਂ ਮਿਲੂੰਗਾ, ਉਹਨਾਂ ਦੀ ਰਿਹਾਈ ਦੇ ਬਾਰੇ ਉਹ ਜੋ ਕੁਝ ਸੋਚਦੇ ਤੇ ਲੋਚਦੇ ਮੈਂ ਕੇਂਦਰ ਤੱਕ ਪਹੁੰਚਾਊਂਗਾ। ਪੰਜਾਬ ਦੇ ਵਿੱਚ ਬੰਦੀ ਸਿੰਘ ਜਿਹੜੇ ਰਿਹਾ ਹੁੰਦੇ ਜੇਕਰ ਪੰਜਾਬ ਦੇ, ਤਾਂ ਮੈਨੂੰ ਕੋਈ ਇਤਰਾਜ਼ ਨਹੀਂ, ਮੈਂ ਵੀ ਨਾਲ ਆ, ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ। ਹੁਣ ਉਹਨਾਂ ਨੇ ਆਹ ਟਰੈਕ ਫੜਨਾ ਸ਼ੁਰੂ ਕਰਤਾ, ਹੁਣ ਅੰਮ੍ਰਿਤਪਾਲ ਸਿੰਘ ਭਾਵੇਂ ਇਸ ਮਹੀਨੇ 'ਚ ਬਾਹਰ ਆ ਜਾਏ, ਭਾਵੇਂ 2 ਮਹੀਨੇ ਠਹਿਰ ਕੇ ਆਵੇ, ਭਾਵੇਂ 5 ਮਹੀਨੇ ਆ ਜਾਏ, ਹਾਂ ਸਹੁੰ ਚੁੱਕਣ ਦੇ ਲਈ ਉਹਨਾਂ ਨੂੰ ਬਾਹਰ ਲਿਆਂਦਾ ਜਾ ਸਕਦਾ, ਪਰ ਉਸ ਤੋਂ ਬਾਅਦ ਅਗਲੀ ਕਾਰਵਾਈ ਜਾਂ ਅਧਿਕਾਰ ਆ ਜਿਹੜਾ ਉਹ ਅਦਾਲਤ ਦੇ ਕੋਲ ਆ ਵੀ ਉਹਨਾਂ ਨੂੰ ਜ਼ਮਾਨਤ ਮਿਲਦੀ ਆ ਜਾਂ ਕੇਸ ਰੱਦ ਹੁੰਦਾ ਜਾਂ ਕੀ ਬਣਦਾ ਕੀ ਨਹੀਂ।
ਦਾਰਜਲਿੰਗ ਦੇ ਰੇਲ ਹਾਦਸੇ ਦੀ ਬਹੁਤ ਵੱਡੀ ਟ੍ਰੈਜਡੀ ਵਾਪਰੀ ਜੀ, ਉਹ ਕੀ ਹੋਇਆ ਉੱਥੇ, ਕਾਰਨ ਕੀ ਸੀ ਇਸ ਹਾਦਸੇ ਦਾ? ਅਸਲ ਦੇ ਵਿੱਚ ਜੀ ਇੱਥੇ ਨਾ ਅਸਲ ਦੇ ਵਿੱਚ ਇਹ ਜਿਹੜਾ ਸਿਗਨਲ ਆ ਉਹ ਸਿਗਨਲ ਦੇ ਵਿੱਚ ਕੋਈ ਦਿੱਕਤ ਆਈ ਆ, ਉਹ ਸਿਗਨਲ ਟੈਕਨੀਕਲ ਤੌਰ ਦੇ ਉੱਤੇ ਕੋਈ ਉਹ 'ਚ ਦਿੱਕਤ ਆਈ ਆ, ਉਹ ਸਿਗਨਲ ਪਹਿਲਾਂ ਦਿੱਤਾ ਹੋਇਆ ਸੀਗਾ। ਅਤੇ ਜਿਹੜਾ ਮਾਲ ਗੱਡੀ ਆ ਉਹ ਮਾਲ ਗੱਡੀ ਜਿਹੜੀ ਆ ਉਹ ਜਾਂਦੀ ਸੀਗੀ ਅਤੇ ਕੰਚਨਜੰਗਾ ਐਕਸਪ੍ਰੈਸ ਦੇ ਵਿੱਚ ਪਿਛਲੇ ਪਾਸੇ ਜਾ ਕੇ ਮਾਲ ਗੱਡੀ ਨੇ ਟੱਕਰ ਮਾਰੀ ਆ ਪਿਛਲੇ ਪਾਸੇ। ਸਵੇਰ ਦੇ ਵੇਲੇ 8:00 ਭਾਰਤੀ ਸਮੇਂ ਦੇ ਮੁਤਾਬਕ 55 ਮਿੰਟ 'ਤੇ 8:55 ਦੇ ਉੱਤੇ ਹਾਦਸਾ ਵਾਪਰਿਆ। ਇਸ ਹਾਦਸੇ ਦੇ ਵਿੱਚ ਹੁਣ ਤੱਕ 9 ਲੋਕਾਂ ਦੀ ਮੌਤ ਹੋਈ ਹੈ। ਪਹਿਲਾਂ ਖਬਰ ਆਈ ਸੀ ਕਿ 15 ਲੋਕਾਂ ਦੀ ਮੌਤ ਹੋਈ ਹੈ, ਪਰ ਹੁਣ ਖਬਰ ਆਈ ਹੈ ਜੀ ਕਿ ਕੁੱਲ ਮੌਤਾਂ ਦੀ ਗਿਣਤੀ ਹੁਣ ਤੱਕ 9 ਆ। ਇਹ ਗਿਣਤੀ ਵੱਧ ਸਕਦੀ ਹੈ ਅਤੇ 41 ਜਿਹੜੇ ਆ ਮੁਸਾਫਰ ਉਹ ਜ਼ਖਮੀ ਹੋਏ ਆ। ਪਹਿਲਾਂ ਖਬਰ ਆਈ ਸੀ ਕਿ 62-63 ਦੇ ਕਰੀਬ ਜਿਹੜੇ ਮੁਸਾਫਰ ਜ਼ਖਮੀ ਹੋਏ ਆ, ਪਰ ਇਹ 41 ਜ਼ਖਮੀ ਹੈ ਅਤੇ 9 ਲੋਕਾਂ ਦੀ ਮੌਤ ਆ। ਸੋ ਇਸ ਮਾਮਲੇ ਦੇ ਵਿੱਚ ਲੋਕੋ ਪਾਇਲਟ ਦੀ ਗਲਤੀ ਨਹੀਂ ਸੀ, ਇਹ ਸਿਗਨਲ ਦੀ ਗਲਤੀ ਸੀਗੀ। ਅਤੇ ਹਾਦਸਾ ਬਹੁਤ ਭਿਆਨਕ ਵਾਪਰਿਆ। ਤਾਂ ਮੇਰੇ ਮੂਹਰੇ ਹੁਣ ਫੋਟੋਆਂ ਪਈਆਂ, ਉਹਨਾਂ ਫੋਟੋਆਂ ਦੇ ਵਿੱਚ ਡੱਬੇ ਤਹਿਸ਼ ਨਹਿਸ਼ ਹੋਏ ਪਏ ਆ, ਇੰਜਨ ਤਹਿਸ਼ ਨਹਿਸ਼ ਹੋ ਗਿਆ, ਲੋਕੋ ਪਾਇਲਟ ਦੀ ਵੀ ਮੌਤ ਹੋਈ ਹੈ ਅਤੇ ਗੱਡੀ ਦੇ ਡੱਬਿਆਂ ਦੇ ਉੱਤੇ ਦੂਜੇ ਡੱਬੇ ਚੜੇ ਹੋਏ। ਅੱਛਾ, ਭਾਜਪਾ ਵਾਲੇ ਜਿਹੜੇ ਆ ਚੀਫ ਮਿਨਿਸਟਰ ਪੰਜਾਬ ਦੇ ਕਾਫੀ ਵਿਰੋਧ ਕਰ ਰਹੇ ਨੇ, ਕਈ ਕਿਸਮ ਦੇ ਉਹਨਾਂ ਨੇ ਸਟੇਟਮੈਂਟਸ ਦਿੱਤੀਆਂ ਨੇ, ਹੋਇਆ ਕੀ ਆ ਹੁਣ? ਅਸਲ ਵਿੱਚ ਸਿੰਘ ਸਾਹਿਬ ਗੱਲ ਇਹ ਜੀ ਕਿ ਅਸਤੀਫਾ ਖੇਡ ਜੀ ਹੁੰਦੀ ਹੈ ਇੱਕ ਪੰਜਾਬ ਦੇ ਵਿੱਚ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਚੀਕੂ ਤਾਂ ਸੀਤਾਫਲ ਦਾ ਰੌਲਾ ਪੈਂਦਾ ਹੁੰਦਾ ਸੀ, ਉਦੋਂ ਵੀ ਵਿਰੋਧੀ ਇਹ ਗੱਲ ਕਹਿੰਦੇ ਹੁੰਦੇ ਸੀ ਕੈਪਟਨ ਅਮਰਿੰਦਰ ਸਿੰਘ ਅਸਤੀਫਾ ਦੇਵੇ ਪਰ ਉਹਨੇ ਦਿੱਤਾ ਥੋੜ੍ਹੀ ਹੈ। 3600 ਵਾਰੀ ਵੱਡੇ ਬਾਦਲ ਸਾਹਿਬ ਨੂੰ ਇਹ ਗੱਲ ਕਹਿੰਦੇ ਹੁੰਦੇ ਸੀ ਅਸਤੀਫਾ ਦੇ ਕੋਈ ਦਿੰਦਾ ਥੋੜ੍ਹੀ ਹੈ। ਇੱਥੇ ਬੰਦਾ ਕੋਈ ਇੱਕ ਲੜਕੀ ਜਾਂ ਚੌਂਕੀਦਾਰ ਦੀ ਪੋਸਟ ਨਹੀਂ ਛੱਡ ਕੇ ਰਾਜ਼ੀ ਕਿਸੇ ਨੇ ਕਿਸੇ ਦੇ ਕਹਿਣ ਦੇ ਉੱਤੇ ਬਹੁਤ ਵੱਡੀ ਰੁਤਬਾ ਥੋੜ੍ਹੀ ਛੱਡਣਾ। ਪਰ ਗੱਲ ਇਹ ਜੀ ਕਿ ਭਗਵੰਤ ਮਾਨ ਸਾਹਿਬ ਨੇ ਇਹ ਗੱਲ ਕਹਿਤੀ, ਉਹ ਕਹਿੰਦੇ ਜੀ ਬੀਜੇਪੀ ਦਾ ਕੋਈ ਆਧਾਰ ਨਹੀਂ, ਇਹਨਾਂ ਨੂੰ 1 ਵੀ ਸੀਟ ਪੰਜਾਬ ਦੇ ਵਿੱਚ ਨਹੀਂ ਮਿਲੀ ਅਤੇ ਸੁਨੀਲ ਜਾਖੜ ਹੋਰੀ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਪ੍ਰਧਾਨਗੀ ਤੋਂ। ਅੱਜ ਬੀਜੇਪੀ ਨੇ ਇਹ ਗੱਲ ਕਹਿਤੀ, ਉਹ ਕਹਿੰਦੇ ਜੀ ਸਾਡੀ ਵੋਟ ਪਰਸੈਂਟੇਜ ਤਾਂ 18 ਕੁਝ ਹੋ ਗਈ ਹੈ, ਅਸੀਂ ਪੂਰੇ ਪੰਜਾਬ ਦੇ ਵਿੱਚ ਵੋਟਾਂ ਵਧਾਈਆਂ ਘਟਾਈਆਂ ਨਹੀਂ ਹੈਗੀਆਂ, ਅਤੇ ਤੁਹਾਡੀਆਂ ਸੀਟਾਂ ਘਟੀਆਂ, ਤੁਹਾਡੀ ਵੋਟ ਪਰਸੈਂਟੇਜ ਵੀ ਘਟੀ ਆ, ਇਸ ਕਰਕੇ ਅਸਤੀਫਾ ਤੁਸੀਂ ਦਿਓ ਜੀ। ਸੋ ਜਿਹੜੀ ਨਵੀਂ ਅਨੁਸ਼ਾਸਨੀ ਕਮੇਟੀ ਬਣੀ ਆ, ਉਹ ਅਕਾਲੀ ਦਲ ਨੇ ਕੀ ਫੈਸਲਾ ਕੀਤਾ ਕਿ ਕਿੰਨੀ ਕੁ ਪਾਵਰ ਹੋਏਗੀ ਉਸ ਕੋਲੇ? ਦੇਖੋ ਜੀ, ਇਹ ਸਮਾਂ ਦੱਸੋਗਾ ਸਿੰਘ ਸਾਹਿਬ ਦੀ, ਉਹ ਅਨੁਸ਼ਾਸਨੀ ਕਮੇਟੀ ਕਿਹਦੇ ਉੱਤੇ ਅਨੁਸ਼ਾਸਨ ਲਈ ਕਾਰਵਾਈ ਕਰਦੀ ਹੈ, ਕਿਵੇਂ ਕਿਵੇਂ ਕਾਰਵਾਈ ਕਰਦੀ ਹੈ, ਕਿਹਦੇ 'ਤੇ ਕਾਰਵਾਈ ਪਹਿਲ ਦੇ ਆਧਾਰ 'ਤੇ ਹੁੰਦੀ ਹੈ ਅਤੇ ਕਿਹਦੇ 'ਤੇ ਅਖੀਰ ਦੇ ਉੱਤੇ। ਪਰ ਅਨੁਸ਼ਾਸਨੀ ਕਮੇਟੀ ਜਿਹੜੀ ਕਿ ਪਹਿਲਾਂ ਸੀਗੇ ਚੇਅਰਮੈਨ ਇਹਦੇ ਸਿਕੰਦਰ ਸਿੰਘ ਮਲੂਕਾ, ਹੁਣ ਇਹਦੇ ਮੁਖੀ ਬਣ ਕੇ ਬਲਵਿੰਦਰ ਸਿੰਘ ਭੂੰਦੜ, ਇਹਦੇ ਵਿੱਚ ਦੋ ਸਿੰਘ ਗਰੇਵਾਲ ਅਤੇ ਦੂਜੇ ਹੈਗੇ ਜੀ ਇੱਥੇ ਡਾਕਟਰ ਦਲਜੀਤ ਸਿੰਘ ਚੀਮਾ। ਅਤੇ ਇਹ ਨਹੀਂ ਪਤਾ ਲੱਗਾ ਮੈਨੂੰ ਕਿ ਹੁਣ ਅਕਾਲੀ ਦਲ ਨੇ ਕਿਹਾ ਵੀ ਪੰਜਾਬ ਦੇ ਬੁੱਧੀਜੀਵੀਆਂ ਤੋਂ ਰਾਏ ਲੈਣੀ ਹੈ, ਦਲ ਨੂੰ ਸਹੀ ਤਰੀਕੇ ਨਾਲ ਚਲਾਉਣ ਦੇ ਲਈ ਕਿਹੜੇ ਕਿਹੜੇ ਕੰਮ ਕਰਨੇ ਚਾਹੀਦੇ ਆ। ਹੁਣ ਉਹ ਬੁੱਧੀਜੀਵੀ ਕਿਹਨੂੰ ਕਿਹਨੂੰ ਮੰਨਦੇ ਇਹ ਵੀ ਵਕਤ ਦੱਸੂਗਾ ਜੀ। ਅਤੇ ਥਾਣਾ ਹੈਬੋਵਾਲ ਦੇ ਵਿੱਚ ਜਿਹੜੀ ਉਹ ਰੀਲ ਬਣੀ ਹੈ, ਉਹਦੀ ਕੀ ਕਹਾਣੀ ਹੈ ਪੂਰੀ? ਸਿੰਘ ਸਰ, ਜੇ ਤਾਂ ਆਪਾਂ ਗੱਲ ਕਰੀ ਰੀਲ ਤੱਕ ਹੀ ਰੱਖੀਏ, ਫਿਰ ਤਾਂ ਇਉਂ ਲੱਗਦਾ ਵੀ ਫਿਰ ਕੀ ਹੋਊਗਾ, ਰੀਲਾਂ ਤਾਂ 3600 ਥਾਵਾਂ 'ਤੇ ਬਣਦੀਆਂ ਹਰ ਰੋਜ਼। ਪਰ ਜੇ ਦੇਖੀਏ ਕਿੱਥੇ ਬਣ ਗਈ ਤਾਂ ਫਿਰ ਇਹ ਬਹੁਤ ਵੱਡੀ ਗੱਲ ਆ। ਹੈਬੋਵਾਲ ਦੇ ਥਾਣੇ ਦੇ ਵਿੱਚ ਪਤਾ ਲੱਗਾ ਜੀ ਕਿ ਚਿੱਟੇ ਦਿਨ ਇੱਕ ਕੁੜੀ ਵੱਢਦੀ ਆ, ਪੰਜਾਬਣ ਮੁਟਿਆਰ ਕੁੜੀ ਆ, ਉਹ ਜਾਂਦੀ ਜੀ ਅੰਦਰ ਤੇ ਰੀਲ ਰੂਲ ਬਣਾ ਕੇ, ਜਿਵੇਂ ਅੱਜ ਕੱਲ੍ਹ ਟਸ਼ਨੇ ਮਛਨੇ ਜੇ ਮੁੰਡੇ ਕੁੜੀਆਂ ਕਰਦੇ ਹੁੰਦੇ ਵੀ ਉੱਥੇ ਦੇ ਪੱਲਾ ਜਾ ਉੱਧਰ ਕਰ ਲਿਆ ਅਤੇ ਫਿਰ ਇੱਧਰ ਨੂੰ ਪੋਜ ਜਾ ਮਾਰ ਲਿਆ ਅਤੇ ਫਿਰ ਮੂੰਹ ਦਾ ਵੀਗਾ ਕਰ ਲਿਆ ਅਤੇ ਫਿਰ ਐਂ ਕਰ ਲਿਆ, ਉਹ ਉਸ ਤਰੀਕੇ ਦੇ ਨਾਲ ਜਾ ਕੇ ਅਤੇ ਉੱਥੇ ਆਪਦਾ ਸਟੈਲ ਮਾਰ ਮਾਰ ਕੇ ਅਤੇ ਰੀਲ ਬਣਾਉਂਦੀ ਆ, ਅਤੇ ਉਹ ਰੀਲ ਬਣਾ ਕੇ ਥਾਣੇ ਦੇ ਵਿੱਚ ਅਤੇ ਪੋਸਟ ਵੀ ਕਰ ਦਿੰਦੀ ਆ, ਉਹਨੂੰ ਆਪਦਾ ਉਹਨੂੰ ਪਬਲਿਸ਼ ਕਰ ਦਿੰਦੀ ਆ। ਹੁਣ ਪੁਲਿਸ ਨੂੰ ਪਤਾ ਲੱਗਾ ਵੀ ਭਾਈ ਇਹ ਤਾਂ ਆਪਣੇ ਥਾਣੇ ਦੇ ਵਿੱਚ ਰੀਲ ਬਣੀ ਆ, ਮਗਰਲੇ ਪਾਸੇ ਪੁਲਿਸ ਦੀ ਗੱਡੀ ਵੀ ਆਉਂਦੀ ਜਿਹਦੇ ਉੱਤੇ ਪੰਜਾਬ ਪੁਲਿਸ ਲਿਖਿਆ ਹੋਇਆ, ਅਤੇ ਹੁਣ ਭਾਈ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਵੀ ਕੁੜੀ ਕੌਣ ਆ, ਐਂ ਕਿਵੇਂ ਅੰਦਰ ਆ ਗਈ। ਅਤੇ ਇੱਕ ਨਹੀਂ ਸਿੰਘ ਸਰ, ਦੋ ਜਾਣੇ ਆ,
ਇੱਕ ਨੇ ਕੈਮਰੇ ਦੀ ਵੀ ਵਰਤੋਂ ਕੀਤੀ ਆ, ਕੁੜੀ ਰੀਲ ਬਣਾ ਰਹੀ ਆ, ਤੇ ਮਤਲਬ ਇਹ ਵੀ ਇਹ ਤਾਂ ਚਲੋ ਇੱਕ ਕੁੜੀ ਆ ਤੇ ਰੀਲ ਬਣਾ ਕੇ ਚਲੇਗੀ, ਪੰਜਾਬ ਪੁਲਿਸ ਨੂੰ ਪਤਾ ਹੀ ਨਹੀਂ ਵੀ ਇੱਥੇ ਕੌਣ ਆਇਆ, ਤੇ ਜੇ ਕੱਲ ਨੂੰ ਕੋਈ ਗੈਂਗਸਟਰ ਆ ਜਾਏ, ਕੋਈ ਸਮਾਜ ਵਿਰੋਧੀ ਅਨਸਰ ਆ ਜਾਏ, ਤੇ ਫਿਰ ਕੀ ਬਣੂਗਾ ਜੀ? ਸੋ ਰਾਹੁਲ ਗਾਂਧੀ ਨੇ ਫੈਸਲਾ ਕਰ ਲਿਆ ਵੀ ਵਾਇਨਾਡ ਤੋਂ ਅਸਤੀਫਾ ਦੇ ਦੇਣਾ? ਬਿਲਕੁਲ ਜੀ ਬਿਲਕੁਲ, ਕੱਲ ਨੂੰ ਅਸਤੀਫਾ ਦੇ ਦੇਣਾ, ਨਿਯਮਾਂ ਦੇ ਮੁਤਾਬਕ ਕੱਲ ਤੱਕ ਇੱਕ ਸੀਟ ਰੱਖਣੀ ਤੇ ਇੱਕ ਸੀਟ ਛੱਡਣੀ ਜ਼ਰੂਰੀ ਆ। ਤੇ ਰਾਹੁਲ ਗਾਂਧੀ ਨੇ ਫੈਸਲਾ ਕਰ ਲਿਆ ਅੱਜ ਕਿ ਮੈਂ ਵਾਇਨਾਡ ਵਾਲੀ ਸੀਟ ਛੱਡਣੀ ਆ ਤੇ ਮੈਂ ਰਾਏਬਰੇਲੀ ਵਾਲੀ ਸੀਟ ਰੱਖਣੀ ਆ। ਤੇ ਰਾਹੁਲ ਗਾਂਧੀ ਨੇ ਲਿਖਿਆ ਇੱਕ ਭਾਵਨਾਤਮਕ ਜਿਹੜਾ ਇੱਕ ਟਵੀਟ ਕੀਤਾ ਹੈਗਾ, ਉਹਨਾਂ ਨੇ ਕਿਹਾ ਜੀ ਕਿ ਵਾਇਨਾਡ ਤੇ ਰਾਏਬਰੇਲੀ ਨਾਲ ਮੇਰਾ ਭਾਵਨਾਤਮਕ ਰਿਸ਼ਤਾ, ਮੈਂ 5 ਸਾਲ ਤੋਂ ਵਾਇਨਾਡ ਤੋਂ ਸੰਸਦ ਮੈਂਬਰ ਸੀ, ਮੈਂ ਲੋਕਾਂ ਨੂੰ ਉਹਨਾਂ ਦੇ ਪਿਆਰ ਤੇ ਸਮਰਥਨ ਵਾਸਤੇ ਸ਼ੁਕਰੀਆ ਅਦਾ ਕਰਦਾ, ਪ੍ਰਿਯੰਕਾ ਗਾਂਧੀ ਵਾਡਰਾ ਵਾਇਨਾਡ ਤੋਂ ਚੋਣ ਲੜੇਗੀ, ਮੈਂ ਸਮੇਂ ਸਮੇਂ ਤੇ ਵਾਇਨਾਡ ਦਾ ਦੌਰਾ ਕਰਾਂਗਾ, ਮੇਰਾ ਰਾਏਬਰੇਲੀ ਨਾਲ ਪੁਰਾਣਾ ਰਿਸ਼ਤਾ, ਮੈਨੂੰ ਖੁਸ਼ੀ ਹੈ ਕਿ ਫਿਰ ਤੋਂ ਮੈਨੂੰ ਇੱਥੋਂ ਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਮਿਲਿਆ, ਪਰ ਦੋਵਾਂ ਦੇ ਵਿੱਚੋਂ ਇੱਕ ਦੀ ਚੋਣ ਕਰਨੀ ਬੜੀ ਮੁਸ਼ਕਲ ਸੀ। ਸੋ ਪ੍ਰਿਯੰਕਾ ਉੱਥੋਂ ਇਲੈਕਸ਼ਨ ਲੜੇਗੀ ਜੀ? ਬਿਲਕੁਲ ਜੀ, 100% ਲੜੂਗੀ, ਅੱਜ ਪ੍ਰਿਯੰਕਾ ਨੇ ਵੀ ਇਹ ਗੱਲ ਕਹਿਤੀ ਹੈ। ਅੱਛਾ, ਇਲੈਕਸ਼ਨ ਤੋਂ ਬਾਅਦ ਫਿਰ ਕਈ ਵਾਰੀ ਨਾ ਟ੍ਰਾਂਸਫਰਸ ਦਾ, ਬਦਲੀਆਂ ਦਾ ਦੌਰ ਸ਼ੁਰੂ ਹੋ ਜਾਂਦਾ, ਹੁਣ ਫਿਰ ਹੋ ਰਿਹਾ ਪੰਜਾਬ ਦੇ ਵਿੱਚ ਬਦਲੀਆਂ ਦਾ ਦੌਰ? ਬਿਲਕੁਲ ਬਿਲਕੁਲ ਸਿੰਘ ਸਾਹਿਬ, ਬਠਿੰਡਾ ਰੇਂਜ ਦੇ 1950 ਪੁਲਿਸ ਮੁਲਾਜ਼ਮ ਬਦਲੇ ਗਏ ਆ ਤੇ ਫਰੀਦਕੋਟ ਰੇਂਜ ਦੇ 2000 ਦੇ ਕਰੀਬ ਪੁਲਿਸ ਮੁਲਾਜ਼ਮ ਬਦਲੇ ਗਏ ਆ। ਤੇ ਪਤਾ ਲੱਗਾ ਜੀ ਕਿ ਤਰਨ ਤਾਰਨ ਤੋਂ ਵੀ 400 ਦੇ ਕਰੀਬ ਪੁਲਿਸ ਮੁਲਾਜ਼ਮ ਟ੍ਰਾਂਸਫਰ ਕੀਤੇ ਗਏ ਆ। ਇਹ ਕਮੇਟੀ ਬਣਾਈ ਗਈ ਸੀ, ਇੱਕ ਪੰਜਾਬ ਸਰਕਾਰ ਦੀ ਗ੍ਰਹਿ ਵਿਭਾਗ ਦੀ ਕਮੇਟੀ ਨੇ ਆਪਣੀ ਰਿਪੋਰਟ ਆ ਜਿਹੜੀ ਉਹ ਟ੍ਰਾਂਸਫਰ ਦੀ ਸਿਫਾਰਿਸ਼ ਕੀਤੀ ਸੀ ਰਿਪੋਰਟ ਦੇ ਵਿੱਚ, ਤੇ ਉਹਦੇ ਆਧਾਰ ਦੇ ਉੱਤੇ ਕੀਤਾ ਗਿਆ ਸਾਰਾ ਕੁਝ। ਬਠਿੰਡਾ ਤੇ ਫਰੀਦਕੋਟ ਰੇਂਜ ਦੇ 4000 ਮੁਲਾਜ਼ਮਾਂ ਦਾ ਤਬਾਦਲਾ ਹੋ ਗਿਆ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਨਵੀਂ ਪਲੈਨਿੰਗ ਆ ਤੇ ਇੰਸਪੈਕਟਰ ਤੋਂ ਲੈ ਕੇ ਕਾਂਸਟੇਬਲ ਤੱਕ ਬਦਲ ਦਿੱਤੇ ਗਏ ਆ ਜੀ। ਸੋ ਇਹ ਸਿਰਫ ਨਸ਼ਾ ਮੁਕਤੀ ਕਰਕੇ ਆ ਜਾਂ ਕਿ ਹੋਰ ਕਾਰਨ ਆ ਕੋਈ ਦਾ? ਦੇਖੋ ਜੀ, ਲੰਬੇ ਸਮੇਂ ਤੋਂ ਨਾ ਇੱਕੋ ਸੀਟ ਦੇ ਉੱਤੇ ਬੈਠੇ ਜਿਵੇਂ ਕੋਈ SHO ਆ ਜਾਂ ਕੋਈ ਵੀ ਹੋਰ ਮੁਨਸ਼ੀ ਤੋਂ ਲੈ ਕੇ ਬਾਕੀ ਵੀ, ਉਹ ਫਿਰ ਉੱਥੇ ਢਿੱਲੇ ਪੈ ਜਾਂਦੇ ਆ, ਉਹ ਫਿਰ ਉੱਥੋਂ ਦੇ ਸਿਸਟਮ 'ਚ ਫਿੱਟ ਹੋ ਜਾਂਦੇ ਆ, ਜਿਹੜੇ ਲੋਕਾਂ ਦੇ ਨਾਲ ਤਾਲਮੇਲ ਹੁੰਦੇ ਵੀ ਭਾਈ ਇੱਧਰੋਂ ਕੁਛ ਆ ਆਉਣਾ ਤੇ ਇੱਧਰੋਂ ਕੁਛ ਆ ਜਾਣਾ, ਉਹ ਕਹਿੰਦੇ ਵੀ ਇਸ ਥਾਂ ਦੇ ਉੱਤੇ ਹਿਲਜੁਲ ਕੀਤੀ ਗਈ ਆ ਵੀ ਨਵੇਂ ਬੰਦੇ ਆ ਕੇ ਆਪਣੀ ਜ਼ਿੰਮੇਵਾਰੀ ਨਵੀਂ ਥਾਂ ਤੇ ਵੱਧ ਸਮਝਣ, ਪੁਰਾਣੇ ਬੰਦੇ ਹਰ ਗੱਲ ਦਾ ਥਾਹ ਪਾ ਲੈਂਦੇ ਆ ਜੀ। ਪੰਜਾਬ ਦਾ ਮੌਸਮ ਕਿਹੋ ਜਿਹਾ ਜੀ? ਪੰਜਾਬ ਦਾ ਮੌਸਮ ਬਹੁਤ ਗਰਮ ਹੈ ਜੀ, ਅੱਜ ਵੀ ਪੰਜਾਬ 'ਚ 47 ਡਿਗਰੀ ਟੈਂਪਰੇਚਰ ਰਿਹਾ ਤੇ ਮੌਸਮ ਵਿਭਾਗ ਨੇ ਗੱਲ ਕਹੀ ਸਿੰਘ ਸਾਹਿਬ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਸ਼ਾਇਦ ਮੌਸਮ 'ਚ ਕੋਈ ਤਬਦੀਲੀ ਆਵੇ। ਬਠਿੰਡਾ ਦੇ ਵਿੱਚ ਲੰਘੇ ਕੱਲ੍ਹ 2 ਮੌਤਾਂ ਹੋਈਆਂ ਗਰਮੀ ਕਰਕੇ ਤੇ ਲੁਧਿਆਣਾ ਖੇਤਰ ਦੇ ਵੱਲ ਇੱਕ ਜੀ। ਰਿਣਾ ਜੀ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਮਿਹਰਬਾਨੀ ਜੀ। ਲਾਈਫ ਰੈਡ ਐਫ ਐਮ।